ਵਿਰਸਾ ਸਿੰਘ ਬਲਟੋਹਾ ਨੂੰ ਅਕਾਲ ਤਖ਼ਤ ਨੇ ਇੱਕ ਵੱਡਾ ਫੈਸਲਾ ਸੁਣਾਇਆ। ਸਾਫ਼ ਤੌਰ 'ਤੇ ਇਹਨਾਂ ਨੇ ਕਿਹਾ ਅਕਾਲੀ ਦਲ ਨੂੰ ਕਿ ਇਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਜਾਵੇ, ਉਹਦਾ ਬਾਰੇ ਕੀ ਦੇਖਦੇ? ਦੇਖੋ, ਬੇਸਿਕਲੀ ਤਾਂ ਇਹ ਅਕਾਲੀ ਦਲ ਦਾ ਨਿੱਜੀ ਮਾਮਲਾ ਗਾ, ਪਰ ਲੇਕਿਨ ਮੈਂ ਚਾਹੁੰਦਾ ਗਾ ਦੱਸਣਾ ਚਾਹੁੰਦਾ ਕਿ ਇਹ ਆਚਰਣ ਦਾ ਮਾਮਲਾ ਗਾ, ਇਹ ਚਰਿੱਤਰ ਦਾ ਮਾਮਲਾ ਗਾ। ਤੁਸੀਂ ਜਾ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਜਿਹੜੀਆਂ ਲੁਕੋ ਕੇ ਵੀਡੀਓ ਬਣਾਉਂਦੇ ਹੋ, ਆਡੀਓ ਰਿਕਾਰਡਿੰਗ ਕਰਦੇ ਹੋ, ਇਹ ਬਹੁਤ ਵੱਡੀ ਜਿਹੜੀ ਆ ਉਲੰਘਣਾ ਹੋਈ ਆ। ਸੋ ਅਕਾਲ ਤਖ਼ਤ ਵੱਲੋਂ ਉਹਨਾਂ ਨੂੰ ਰਾਈਟਲੀ ਜਿਹੜੀ ਕਨਵਿਕਟ ਕੀਤਾ ਗਿਆ, ਸਜ਼ਾ ਦਿੱਤੀ ਗਈ ਆ, ਕਿਉਂਕਿ ਉਹ ਸਜ਼ਾ ਦੇ ਭਾਗੀਦਾਰ ਸੀਗੇ। ਤੁਸੀਂ ਵਿਧਾਨ ਸਭਾ ਦੇ ਮੈਂਬਰ ਬਣ ਕੇ MLA ਬਣਨ ਤੋਂ ਬਾਅਦ ਆਚਰਣ ਨਹੀਂ ਸਿੱਖਿਆ, ਤੁਸੀਂ ਵਿਵਹਾਰ ਕਿਵੇਂ ਸਿੱਖ ਕਰਨਾ ਉਹ ਨਹੀਂ ਸਿੱਖਿਆ। ਤੁਸੀਂ ਜਾ ਕੇ ਜੋ ਕੌਮ ਦੇ ਅਪੁਆਇੰਟਡ ਜਥੇਦਾਰ ਨੇ, ਕੌਮ ਵੱਲੋਂ ਨਿਰਧਾਰਿਤ ਜਥੇਦਾਰ ਨੇ, ਉਹਨਾਂ ਨੂੰ ਜਾ ਕੇ ਉਹਨਾਂ ਦੀ ਤੁਸੀਂ ਆਡੀਓ ਵੀਡੀਓ ਰਿਕਾਰਡਿੰਗ ਕਰਦੇ ਹੋ, ਇਹ ਮੈਂ ਸਮਝਦਾ ਬਹੁਤ ਹੀ ਮਾੜੀ ਗੱਲ ਆ। ਸੋ ਅੱਜ ਜੋ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਆਇਆ ਗਾ, ਉਹ ਬਹੁਤ ਹੀ ਇੱਕ ਅੱਛਾ ਫੈਸਲਾ, ਤਾਂ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ। ਕਿਵੇਂ ਦੇਖਦੇ ਹੋ ਅਕਾਲੀ ਦਲ? ਲੱਗਦਾ ਵੀ ਜਿਹੜਾ ਫੈਸਲਾ ਹੈਗਾ, ਇਹ ਹੁਕਮ ਸੁਣਾਇਆ ਗਿਆ ਮੈਨੂੰ, ਸੁਖਬੀਰ ਬਾਦਲ ਐਕਸੈਪਟ ਕਰੂਗਾ ਜੀ? ਮੈਂ ਸਮਝਦਾ ਅਕਾਲੀ ਦਲ ਬਾਦਲ ਸਾਹਿਬ ਨੂੰ ਜਿਹੜਾ ਵੀ ਹੈਗਾ ਉਹਨਾਂ ਦਾ, ਉਹ ਤੁਰੰਤ ਉਹਨਾਂ ਨੂੰ ਪਾਰਟੀ 'ਚ ਬਰਖਾਸਤ ਕਰ ਦੇਣਾ ਚਾਹੀਦਾ, ਤੁਰੰਤ ਜਿਹੜਾ ਫੈਸਲਾ ਹੁਣ ਤੱਕ ਦਾ ਲਾਗੂ ਹੋ ਜਾਣਾ ਚਾਹੀਦਾ ਸੀਗਾ। ਜੇਕਰ ਸੁਖਬੀਰ ਸਿੰਘ ਬਾਦਲ ਜੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਨੇ, ਤਾਂ ਤੁਰੰਤ ਇਹ ਫੈਸਲਾ ਲੈ ਕੇ 24 ਘੰਟਿਆਂ 'ਚ ਉਹਨੂੰ ਬਾਹਰ ਦਾ ਰਾਸਤਾ ਦਿਖਾਉਣ। ਸਿੱਖ ਸਮੁਦਾਇ ਨੂੰ ਕਿਵੇਂ ਦੇਖਦੇ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਸਵਾਲ ਉਠਾਉਣੇ ਆਮ ਬੰਦੇ ਦੇ ਵੱਲੋਂ ਅਕਾਲ ਤਖ਼ਤ ਦੇ? ਦੇਖੋ, ਅਕਾਲੀ ਦਲ ਦੇ ਸਮੇਂ ਅਕਾਲ ਤਖ਼ਤ ਦੀ ਮਰਿਆਦਾ ਨੂੰ ਬਹੁਤ ਸੱਟ ਜਿਹੜੀ ਆ ਉਹ ਅਕਾਲੀ ਦਲ ਨੇ ਮਾਰੀ ਆ। ਅਕਾਲੀ ਦਲ ਨੇ ਹਮੇਸ਼ਾ ਹੀ ਪੰਥ ਦੀ ਪਿੱਠ ਛੁਰਾ ਮਾਰਿਆ। ਜਦੋਂ ਵੀ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਆਈ ਆ, ਤਾਂ ਮੈਂ ਸਮਝਦਾ ਸਭ ਤੋਂ ਵੱਧ ਧੋਖਾ ਜਿਹੜਾ ਉਹ ਅਕਾਲੀ ਦਲ ਨੇ ਕੀਤਾ ਗਾ। ਸਕ੍ਰਿਪਟਡ ਵੀ ਕਿਹਾ ਜਾ ਰਿਹਾ, ਕਹਿੰਦੇ ਇਲਜ਼ਾਮ ਲੱਗ ਰਹੇ ਨੇ, ਕਹਿੰਦੇ ਅਕਾਲੀ ਦਲ ਦਾ ਇਹੋ ਜਿਹਾ ਸੁਖਬੀਰ ਬਾਦਲ ਦਾ ਸਕ੍ਰਿਪਟਡ ਪਲਾਨ ਸੀ। ਦੇਖੋ, ਜੇ ਸਕ੍ਰਿਪਟਡ ਪਲਾਨ ਆ ਤਾਂ ਇਹ ਉਸ ਤੋਂ ਵੀ ਮਾੜੀ ਗੱਲ ਆ ਗਈ, ਉਸ ਤੋਂ ਵੀ ਨਿੰਦਣਯੋਗ ਗੱਲ ਆ ਗਈ ਕਿ ਅਕਾਲੀ ਦਲ ਇਸ ਤਰ੍ਹਾਂ ਦੀਆਂ ਆਪਣੀ ਸਿਆਸੀ ਖੋਈ ਹੋਈ ਸਿਆਸੀ ਜ਼ਮੀਨ ਹਾਸਲ ਕਰਨ ਲਈ ਇਸ ਤਰ੍ਹਾਂ ਦੀਆਂ ਘਟੀਆਂ ਚਾਲਾਂ ਚੱਲ ਰਿਹਾ। ਸੋ ਬਹੁਤ ਹੀ ਮਾੜਾ ਗਾ ਅੱਜ ਅਕਾਲੀ ਦਲ ਦਾ ਨਾਮ ਲੈਣਾ, ਇਹੀ ਕਾਰਨ ਆ ਕਿ ਅੱਜ ਪੰਜਾਬ 'ਚ ਅਕਾਲੀ ਦਲ ਦਾ ਨਾਮ ਲੈਣ ਵਾਲਾ ਕੋਈ ਵਿਅਕਤੀ ਨਹੀਂ ਬਚਿਆ। ਇੱਦਾਂ ਦੇ ਫੈਸਲੇ ਤੋਂ ਅਕਾਲੀ ਦਲ ਦਾ ਫਿਊਚਰ ਕਿਵੇਂ ਦੇਖਦੇ? ਸਰ, ਅਕਾਲੀ ਦਲ ਦਾ ਪੰਜਾਬ 'ਚ ਕੋਈ ਫਿਊਚਰ ਨਹੀਂ, ਅਕਾਲੀ ਦਲ ਦਾ ਫਿਊਚਰ ਪੰਜਾਬ 'ਚ ਫਰਨਿਸ਼ ਹੋ ਚੁੱਕਿਆ। ਪੰਜਾਬ ਦੇ ਲੋਕਾਂ ਨੂੰ ਪਤਾ ਗਾ ਕਿ ਅਕਾਲੀ ਦਲ ਅੱਜ ਜਿਹੜਾ ਹੈਗਾ ਉਹ ਪੰਜਾਬ ਦੇ ਸਿਆਸੀ ਸੀਨ ਤੋਂ ਖਤਮ ਹੋ ਚੁੱਕਿਆ। ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਰਹਿ ਗਿਆ, ਚੰਦ ਇੱਕ ਪਰਿਵਾਰਕ ਮੈਂਬਰਾਂ ਦੀ ਪਾਰਟੀ ਬਣ ਕੇ ਰਹਿ ਗਿਆ, ਔਰ ਹੁਣ ਪੰਜਾਬ ਦੀ ਨੁਮਾਇੰਦਗੀ ਨਹੀਂ ਕਰਦੇ ਹੈਗੇ, ਉਹ ਹੁਣ ਇੱਕ ਪਰਿਵਾਰ ਦੀ ਨੁਮਾਇੰਦਗੀ ਕਰਦੇ ਨੇਗੇ।